ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ, ਤਰਨਤਾਰਨ ਸਰਕਾਰੀ ਹਸਪਤਾਲ ਵਿੱਚ ਸਿਵਲ ਸਰਜਨ ਵੱਲੋਂ ਕੇਸ ਮੁਫਤ ਪੰਦਰਵਾੜੇ ਕੈਂਪ ਦੀ ਕੀਤੀ ਗਈ ਸ਼ੁਰੂਆਤ। ਇਸ ਤਰ੍ਹਾਂ ਜਿਹਦੇ ਵਿੱਚ ਇਸ ਵਾਰੀ 1 ਤਰੀਕ ਤੋਂ ਲੈ ਕੇ 15 ਤਰੀਕ ਨੰਨਾ ਪੰਦਰਵਾੜਾ ਸਿਵਲ ਹਸਪਤਾਲ ਤਰਨਤਾਰਨ ਲਗਾਇਆ ਜਾ ਰਿਹਾ। ਇੱਥੇ ਲੋਕਾਂ ਦੇ ਲੈਕਚਰ ਦੇ ਬਿਲ ਦੇ ਨਾਪ ਲਏ ਜਾਣਗੇ ਅਤੇ ਫ੍ਰੀ ਆਫ ਕੋਸਟ ਲੋਕਾਂ ਨੂੰ ਲੈਕਚਰ ਦਿੱਤੇ ਸਪਲਾਈ ਕੀਤੇ ਜਾਣਗੇ। ਇਸ ਵੇਲੇ ਸਰਕਾਰ ਪੰਜਾਬ ਸਰਕਾਰ ਵੱਲੋਂ ਟਾਰਗੇਟ ਜਿਹੜਾ ਤੁਹਾਨੂੰ ਮਿਲਿਆ ਤਰਨਤਾਰਨ ਨੂੰ 60 ਕਰਨ ਦਾ, ਇਹ ਸਾਰੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ 60 ਜਿਹੜੇ ਨੇ ਦੰਗਾਂ ਦੇ ਬਿਲ ਬਣਾਏ ਜਾਣਗੇ ਅਤੇ ਲੋਕਾਂ ਨੂੰ ਫ੍ਰੀ ਆਫ ਕੋਸਟ ਡਿਸਟ੍ਰੀਬਿਊਟ ਕੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪੰਜਾਬ ਸਰਕਾਰ ਵੱਲੋਂ ਹਰ 6 ਮਹੀਨੇ ਬਾਅਦ ਲੋਕਾਂ ਦੀ ਸਹੂਲਤ ਲਈ ਦੰਦਾਂ ਦੀ ਦੇਖਭਾਲ ਅਤੇ ਮੁਫਤ ਦੰਦਾਂ ਦੇ ਸੈੱਟ ਦੇਣ ਲਈ ਸਰਕਾਰੀ ਹਸਪਤਾਲਾਂ ਵਿੱਚ ਪੰਦਰਵਾੜਾ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ ਮੁਫਤ ਦੰਦਾਂ ਦੇ ਸੈੱਟ ਦਿੱਤੇ ਜਾਂਦੇ ਨੇ, ਜਿਸ ਤਹਿਤ ਅੱਜ ਤਰਨ ਤਾਰਨ ਸਿਵਲ ਹਸਪਤਾਲ ਵਿੱਚ ਦੰਦਾਂ ਦਾ ਪੰਦਰਵਾੜਾ ਕੈਂਪ ਸ਼ੁਰੂ ਕੀਤਾ ਗਿਆ ਤੇ ਇਸ ਦੀ ਸ਼ੁਰੂਆਤ ਸਿਵਲ ਸਰਜਨ ਡਾਕਟਰ ਅਸ਼ੋਕ ਕੁਮਾਰ ਪੁੰਜ ਅਤੇ ਉਹਨਾਂ ਨਾਲ ਤਰਨ ਤਾਰਨ ਸਾਹਿਬ ਦੇ SMO ਅਤੇ ਮੈਡਮ ਸੁਨੀਤਾ ਡਾਕਟਰ ਵੇਦ ਸ਼ਾਮਿਲ ਸਨ। ਇਸ ਮੌਕੇ ਡਾਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਲੋਕਾਂ ਦੀ ਸਹੂਲਤ ਲਈ ਦੰਦਾਂ ਦੀ ਦੇਖਭਾਲ ਲਈ ਹਰ 6 ਮਹੀਨੇ ਬਾਅਦ ਕੈਂਪ ਲਗਾਏ ਜਾਂਦੇ ਨੇ, ਜਿਸ ਤਹਿਤ ਅੱਜ ਤਰਨ ਤਾਰਨ ਸਿਵਲ ਹਸਪਤਾਲ ਵਿੱਚ ਦੰਦਾਂ ਦਾ ਪੰਦਰਵਾੜਾ ਲਗਾਇਆ ਗਿਆ ਹੈ। ਇਸ ਕੈਂਪ ਵਿੱਚ 90 ਦੇ ਕਰੀਬ ਦੰਦਾਂ ਦੇ ਸੈੱਟ ਦਿੱਤੇ ਜਾਣਗੇ ਅਤੇ ਤਰਨ ਤਾਰਨ ਪੱਟੀ ਅਤੇ ਖਡੂਰ ਸਾਹਿਬ ਵਿਖੇ ਦੰਦਾਂ ਦਾ ਇਹ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਨਹੀਂ, ਇਹ ਤਕਰੀਬਨ ਸਾਲ ਦੇ ਵਿੱਚ ਨਹੀਂ 2 ਵਾਰੀ ਦੰਦਾਂ ਦਾ ਪੰਦਰਵਾੜਾ ਲਗਾਇਆ ਗਿਆ ਹੈ, ਜਿਹਦੇ ਵਿੱਚ ਇਸ ਵਾਰੀ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਦੰਦਾਂ ਦਾ ਪੰਦਰਵਾੜਾ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਲਗਾਇਆ ਜਾ ਰਿਹਾ। ਇਸ ਤੋਂ ਇਲਾਵਾ ਬਾਕੀ ਦੇ 4 ਹੋਰ ਸੈਂਟਰ, ਜਿਸ ਤਰ੍ਹਾਂ ਕਿ ਮੀਆਂ ਮਿੰਡੇ, ਕਸੇਲ, ਖੇਮਕਰਨ ਅਤੇ ਪੱਟੀ, ਇਹਨਾਂ ਜਗ੍ਹਾ 'ਤੇ ਵੀ ਪੰਦਰਵਾੜਾ ਲਗਾਇਆ ਜਾ ਰਿਹਾ। ਇੱਥੇ ਲੋਕਾਂ ਦੇ ਡੈਂਚਰ ਦੇ ਬਿਲ ਦੇ ਨਾਪ ਲਏ ਜਾਣਗੇ ਅਤੇ ਫ੍ਰੀ ਆਫ ਕੋਸਟ ਲੋਕਾਂ ਨੂੰ ਡੈਂਚਰ ਦਿੱਤੇ ਸਪਲਾਈ ਕੀਤੇ ਜਾਣਗੇ। ਇਸ ਵੇਲੇ ਸਰਕਾਰ ਪੰਜਾਬ ਸਰਕਾਰ ਵੱਲੋਂ ਟਾਰਗੇਟ ਜਿਹੜਾ ਤੁਹਾਨੂੰ ਮਿਲਿਆ ਤਰਨ ਤਾਰਨ ਨੂੰ 60 ਕਰਨ ਦਾ, ਇਹ ਸਾਰੇ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ 60 ਜਿਹੜੇ ਨੇ ਦੰਦਾਂ ਦੇ ਬਿਲ ਬਣਾਏ ਜਾਣਗੇ ਅਤੇ ਲੋਕਾਂ ਨੂੰ ਫ੍ਰੀ ਆਫ ਕੋਸਟ ਡਿਸਟ੍ਰੀਬਿਊਟ ਕੀਤੇ ਜਾਣਗੇ। ਪਰ ਪਿਛਲੀ ਵਾਰ ਦੀ ਤਰ੍ਹਾਂ ਸਾਡਾ ਇਸ ਵਾਰੀ ਫਿਰ ਟੀਚਾ ਹੈ ਕਿ 60 ਦੀ ਬਜਾਏ ਅਸੀਂ 150-90 ਦੇ ਤੌਰ 'ਤੇ ਕੋਸ਼ਿਸ਼ ਕਰਾਂਗੇ, 90 ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਉਠਾਏਗਾ। ਇਸ ਤੋਂ ਇਲਾਵਾ ਆਮ ਪਬਲਿਕ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਵੀ 1 ਤਰੀਕ ਤੋਂ ਲੈ ਕੇ 15 ਤਰੀਕ ਦੱਸਿਆ ਜਾਂਦਾ ਵੀ ਜਿਹੜੇ ਕਿ ਜਿੰਨੇ ਵੀ ਪ੍ਰੋਸੀਜਰ ਹੋਣਗੇ, ਜੋ ਵੀ ਪ੍ਰੋਸੀਜਰ ਕੀਤਾ ਜਾਣਾ, ਜਿਵੇਂ ਦੰਦ ਪੁੱਟਣੇ, ਦੰਦਾਂ ਦੀ ਫਿਲਿੰਗ ਕਰਨੀ, ਰੂਟ ਕੈਨਾਲ ਟ੍ਰੀਟਮੈਂਟ ਕਰਨੀ, ਇਹ ਸਾਰੀਆਂ ਟ੍ਰੀਟਮੈਂਟ ਇਹਨਾਂ 2 ਹਫ਼ਤਿਆਂ ਦੀ ਪੰਦਰਵਾੜੇ ਦੌਰਾਨ ਬਿਲਕੁਲ ਫ੍ਰੀ ਹੋਣਗੇ, ਕੋਈ ਵੀ ਪੈਸਾ ਨਹੀਂ ਲਿਆ ਜਾਏਗਾ। ਇਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਇਹਨਾਂ ਦਿਨਾਂ ਵਿੱਚ ਆ ਕੇ ਵੱਧ ਤੋਂ ਵੱਧ ਚੈੱਕਅਪ ਕਰਾਉਣ ਅਤੇ ਫ੍ਰੀ ਜਿਹੜੀਆਂ ਨੇ ਸੇਵਾਵਾਂ ਨੇ ਉਹਨਾਂ ਦਾ ਲਾਭ। ਗੁਰਪਿਆਰਿਓ, ਬੇਸ਼ੱਕ ਸਰਕਾਰਾਂ ਵੱਲੋਂ ਬਹੁਤ ਦਾਅਵੇ ਕੀਤੇ ਜਾ ਰਹੇ ਹੋਣ ਲੋਕਾਂ ਨੂੰ ਸੁੱਖ ਸਹੂਲਤਾਂ ਮੁਹੱਈਆ ਕਰਵਾਉਣ ਦੇ, ਪਰ ਸਭ ਤੋਂ ਵੱਡੇ ਸਵਾਲ ਪੰਜਾਬ ਸਰਕਾਰ ਦੇ ਸਾਹਮਣੇ ਆਵਾਮ ਦੇ
ਉਹੀ ਨੇ ਕਿ ਸੱਤਾ ਤੇ ਕਾਬਜ਼ ਹੋਣ ਤੋਂ ਪਹਿਲਾਂ ਜੋ ਪੰਜਾਬ ਸਰਕਾਰ ਨੇ ਪੰਜਾਬ ਦੀ ਆਵਾਮ ਨਾਲ ਵਾਅਦੇ ਕੀਤੇ ਸਨ, ਉਹਨਾਂ ਵਾਅਦਿਆਂ ਦਾ ਕੀ? ਬੇਸ਼ੱਕ ਉਹ ਵਾਅਦਾ 4 ਹਫ਼ਤੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰਨ ਦਾ ਸੀ, ਘਰ ਘਰ ਨੌਕਰੀ ਦਾ ਸੀ, ਬੇਰੁਜ਼ਗਾਰੀ ਭੱਤੇ ਦਾ ਸੀ, ਕਿਸਾਨਾਂ ਦੇ ਸਿਰ ਤੋਂ ਕਰਜ਼ੇ ਦੀ ਪੰਡ ਲਾਉਣ ਦਾ ਸੀ, ਜਾਂ ਨੌਜਵਾਨਾਂ ਦੇ ਹੱਥ ਮੋਬਾਈਲ ਫੜਾਉਣ ਦਾ ਸੀ। ਬਹਰਹਾਲ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਪੰਦਰਵਾੜੇ ਦੇ ਵਿੱਚ ਅਜਿਹੀਆਂ ਸਹੂਲਤਾਂ ਕਿਤੇ ਨਾ ਕਿਤੇ ਗਰੀਬਾਂ ਨੂੰ ਸੁੱਖ ਦਾ ਸਾਹ ਜ਼ਰੂਰ ਦਿੰਦੀਆਂ ਹੋਣਗੀਆਂ, ਪਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਦਾਅਵਿਆਂ ਨੂੰ ਲੈ ਕੇ ਉਹ ਸੱਤਾ ਤੇ ਕਾਬਜ਼ ਹੋਏ ਨੇ, ਉਹਨਾਂ ਵਾਅਦਿਆਂ ਵੱਲ ਵੀ ਇਹੋ ਜ਼ਰੂਰ ਇੱਕ ਵਾਰ ਧਿਆਨ ਮਾਰ ਲੈਣ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਤਰਨ ਤਾਰਨ ਸਾਹਿਬ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।